ਨਾ ਹੈ ਇਟੀਟੀ ਫਸਟ ਈਅਰ ਦੇ ਬੱਚਿਆਂ ਦਾ ਸਬਜੈਕਟ ਆਪਣਾ ਕੰਟੈਂਪਰੇਰੀ ਇੰਡੀਅਨ ਸੋਸਾਇਟੀ ਤੇ ਉਹਦੇ ਵਿੱਚ ਕੋਵਿਡ ਆਪਣਾ ਪ੍ਰਸਤਾਵਨਾ ਪ੍ਰਸਤਾਵਨਾ ਵਿੱਚ ਵਰਣਨ ਆਜ਼ਾਦ ਭਾਰਤ ਦਾ ਸੰਵਿਧਾਨਿਕ ਨਜ਼ਰੀਆ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਦੱਸਾਂਗੀ ਅੱਜ ਪ੍ਰਸਤਾਵਨਾ ਦਾ ਅਰਥ ਪ੍ਰਸਤਾਵਨਾ ਕੀ ਹੁੰਦੀ ਹੈ ਪ੍ਰਸਤਾਵਨਾ ਕੀ ਹੁੰਦੀ ਹੈ ਪ੍ਰਸਤਾਵਨਾ ਇੱਕ ਅਜਿਹਾ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਨੂੰ ਅਸੀਂ ਸੰਵਿਧਾਨ ਦੀ ਭੂਮਿਕਾ ਵੀ ਕਹਿ ਸਕਦੇ ਹਾਂ ਇਸ ਵਿੱਚ ਕੀ ਹੁੰਦਾ ਹੈ ਸੰਵਿਧਾਨ ਦੇ ਉਦੇਸ਼ ਸਿਧਾਂਤ ਤੋਂ ਇਲਾਵਾ ਇਹਦੇ ਸੰਵਿਧਾਨ ਦੀ ਮਤਲਬ ਆਪਣੇ ਸਮਾਜ ਦੇ ਸੰਵਿਧਾਨਿਕ ਅਤੇ ਰਾਜਨੀਤਿਕ ਢਾਂਚੇ ਦੀ ਜਿਹੜੀ ਝਲਕ ਹੈ ਉਹ ਸਾਨੂੰ ਮਿਲਦੀ ਹੈ ਇਸ ਵਿੱਚ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਪ੍ਰਸਤਾਵਨਾ ਵਿੱਚ ਉਹਨਾਂ ਦੇ ਵਿਚਾਰ ਮਨੋਭਾਵ ਉਹਨਾਂ ਨੇ ਇਸ ਵਿੱਚ ਪ੍ਰਗਟ ਕੀਤੇ ਤਾਂ ਪ੍ਰਸਤਾਵਨਾ ਸਭ ਤੋਂ ਪਹਿਲਾਂ ਆਪਣਾ ਸੰਵਿਧਾਨ ਦਾ ਮਹੱਤਵਪੂਰਨ ਭਾਗ ਹੈ ਇਸ ਸਭ ਤੋਂ ਪਹਿਲਾਂ ਅੰਕਿਤ ਕੀਤੀ ਗਈ ਇਸ ਲਈ ਛੱਬੀ ਜਨਵਰੀ 1950 ਨੂੰ ਜਦੋਂ 50 ਨੂੰ ਸੰਵਿਧਾਨ ਆਪਣਾ ਲਾਗੂ ਹੋਇਆ ਸੀ ਇਸ ਸੰਵਿਧਾਨ ਵਿੱਚ ਪ੍ਰਸਤਾਵਨਾ ਹੈ ਉਹ ਅੰਕਿਤ ਕੀਤੀ ਗਈ ਸੀ ਇਸ ਪ੍ਰਸਤਾਵਨਾ ਵਿੱਚ ਕੀ ਕਿਹਾ ਗਿਆ ਭਾਰਤ ਨੂੰ ਕਿ ਕੀ ਲਿਖਿਆ ਗਿਆ ਕਿ ਵਰਣਨ ਇਸ 'ਚ ਕਿ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਵਾਲਾ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਸਥਾਪਿਤ ਕਰਨ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ ਆਰਥਿਕ ਰਾਜਨੀਤਿਕ ਨਿਆਂ ਦੇ ਵਿਚਾਰ ਪ੍ਰਗਟਾਉਣ ਵਿਸ਼ਵਾਸ ਅਤੇ ਸੁਤੰਤਰਤਾ ਪ੍ਰਤਿਸ਼ਠਾ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਲਈ ਉਹਨਾਂ ਸਭ ਵਿੱਚ ਵਿਅਕਤੀ ਦਾ ਸਤਿਕਾਰ ਅਤੇ ਰਾਸ਼ਟਰ ਦੀ ਏਕਤਾ ਅਤੇ ਪੂਰਨਤਾ ਕਾਇਮ ਕਰਨ ਵਾਲਾ ਭਰਾਤਰੀ ਭਾਵ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਇੱਕ ਸੰਵਿਧਾਨ ਸਭਾ ਵਿੱਚ ਤੇ ਨਵੰਬਰ 1949 ਨੂੰ ਇਹ ਸੰਵਿਧਾਨ ਨੂੰ ਸਵੀਕਾਰ ਅਤੇ ਆਤਮ ਸਮਰਪਿਤ ਕਰਦੇ ਹਾਂ ਤਾਂ ਇਹ ਸੰਵਿਧਾਨ ਦਾ ਸਾਡਾ ਸੋਧਿਆ ਹੋਇਆ ਰੂਪ ਹੈ ਤਾਂ ਹੁਣ ਇਸ ਤੋਂ ਬਾਅਦ ਅਸੀਂ ਇੱਥੇ ਕੀ ਕਰਾਂਗੇ ਸੰਵਿਧਾਨ ਦੀਆਂ ਵਿਸ਼ੇਸ਼ਤਾ ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਭਾਰਤ ਕੀ ਹੈ ਪ੍ਰਭੁਤਾ ਸੰਪੰਨ ਰਾਜ ਹੈ ਪ੍ਰਭੁਤਾ ਸੰਪੰਨ ਰਾਜ ਦਾ ਮਤਲਬ ਕਿ ਭਾਰਤ ਵਿੱਚ ਨਾ ਕਿਸੇ ਬਾਹਰੀਆਂ ਸ਼ਕਤੀਆਂ ਦਾ ਨਾ ਅੰਦਰੂਨੀ ਸ਼ਕਤੀਆਂ ਦਾ ਕੋਈ ਵੀ ਸਾਡੇ ਉਹਨਾਂ 'ਚ ਉਹਨਾਂ ਦੀ ਪ੍ਰਭੁਤਾ ਕੋਈ ਵੀ ਬਾਹਰੀਆਂ ਸ਼ਕਤੀਆਂ ਸਾਡੇ ਵਿੱਚ ਦਖਲ ਆ ਉਹ ਨਹੀਂ ਕਰ ਸਕਦੀ ਇਸ ਵਿੱਚ ਕੀ ਹੈ ਪ੍ਰਭੁਤਾਸ਼ਾਲੀ ਰਾਜ ਕੀ ਹੈ ਆਪਣੇ ਨਿਸ਼ਚਿਤ ਖੇਤਰ ਵਿੱਚ ਸਰਵਉੱਚ ਹੁੰਦਾ ਹੈ ਕੋਈ ਵੀ ਵਿਅਕਤੀ ਜਾਂ ਸੰਸਥਾ ਰਾਜ ਤੋਂ ਸ੍ਰੇਸ਼ਟ ਅਤੇ ਨਿੱਜੀਕਰਨ ਤੋਂ ਮੁਕਤ ਨਹੀਂ ਰਾਜ ਦੀ ਪ੍ਰਭੁਤਾ ਸਰਵੀ ਸਮੂਹ ਦੀ ਇਸ ਵਿਆਖਿਆ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਕੀ ਹੈ ਪ੍ਰਭੁਤਾਸ਼ਾਲੀ ਭਾਰਤ ਰਾਜ ਹੈ ਕਿਉਂਕਿ ਭਾਰਤ ਵਿੱਚ ਨਾ ਤਾਂ ਕੋਈ ਵਿਦੇਸ਼ੀ ਭਾਰਤ ਦਾ ਨਾ ਤਾਂ ਕੋਈ ਵਿਦੇਸ਼ੀ ਸੱਤਾ ਦੇ ਅਧੀਨ ਹੈ ਨਾ ਹੀ ਦੇਸ਼ ਆ ਸਾਡੇ ਕੋਈ ਅੰਦਰੂਨੀ ਕਾਰਨਾਂ ਸੰਬੰਧੀ ਕਿਸੇ ਵਿਅਕਤੀ ਜਾਂ ਸੰਸਥਾ ਰਾਜ ਨਾਲ ਦੇ ਰਿਹਾ ਹੈ ਉਹ ਸ੍ਰੇਸ਼ਟ ਸ਼ਕਤੀ ਰੱਖਦਾ ਹੈ ਭਾਰਤ ਦੂਸਰੇ ਦੇਸ਼ਾਂ ਨਾਲ ਸੰਬੰਧ ਸਥਾਪਿਤ ਕਰਦਾ ਹੈ ਇਸਦਾ ਮਤਲਬ ਇਹ ਹੈ ਅਸੀਂ ਉਹਨਾਂ ਨਾਲ ਵਪਾਰਕ ਸਮਝੌਤੇ ਵੀ ਕਰਦੇ ਹਾਂ ਇਸ ਤਰ੍ਹਾਂ ਇਹ ਸਥਿਤੀ ਵਿੱਚ ਭਾਰਤ ਕੀ ਹੈ ਇੱਕ ਪ੍ਰਭੂਸੱਤਾਸ਼ਾਲੀ ਰਾਸ਼ਟਰ ਹੈ ਰਾਜ ਦੇ ਤਾਂ ਨੈਕਸਟ ਆਪਣਾ ਹੈਗਾ ਭਾਰਤ ਇੱਕ ਸਮਾਜਵਾਦੀ ਰਾਜ ਆਪਾਂ ਜੇ ਆਪਾਂ ਸਮਾਜਵਾਦੀ ਰਾਜ ਦੀ ਗੱਲ ਕਰੀਏ ਤਾਂ ਇਸ ਵਿੱਚ ਨੂੰ ਭਾਰਤ ਨੂੰ ਆਪਾਂ ਇੱਕ ਸਮਾਜਵਾਦੀ ਰਾਜ ਪਹਿਲਾਂ ਨਹੀਂ ਸੀ ਘੋਸ਼ਿਤ ਕੀਤਾ ਜਦੋਂ ਸੰਸ਼ੋਧਨ ਕੀਤਾ ਗਿਆ ਸੰਵਿਧਾਨ ਵਿੱਚ ਉਸ ਤੋਂ ਬਾਅਦ ਭਾਰਤ ਨੂੰ ਇੱਕ ਸਮਾਜਵਾਦੀ ਰਾਜ ਹੈ ਉਹ ਘੋਸ਼ਿਤ ਕੀਤਾ ਤਾਂ ਸਮਾਜਵਾਦ ਵਿੱਚ ਕੀ ਹੁੰਦਾ ਇੱਕ ਅਜਿਹੀ ਪ੍ਰਣਾਲੀ ਹੈ ਕਹਿੰਦਾ ਜਿਸ ਵਿੱਚ ਉਤਪਾਦਨ ਦੇ ਸਾਰੇ ਮਹੱਤਵਪੂਰਨ ਸਾਧਨਾਂ ਉੱਤੇ ਰਾਜ ਦੀ ਮਲਕੀਅਤ ਹੁੰਦੀ ਹੈ ਮਤਲਬ ਜਿਹੜੇ ਵੀ ਆਪਣੇ ਸਾਧਨ ਨੇ ਉਹਨਾਂ ਵਿੱਚ ਕਿਸੇ ਇੱਕ ਵਿਅਕਤੀ ਦਾ ਉਹ ਨਹੀਂ ਹੁੰਦਾ ਅਤੇ ਅਧਿਕਾਰ ਨਹੀਂ ਹੁੰਦਾ ਜੇ ਆਪਾਂ ਸਾਧਨਾਂ ਦੀ ਵੰਡ ਕਰਾਂਗੇ ਉਹ ਸਭ ਦੀ ਬਰਾਬਰ ਹੋਣੀ ਚਾਹੀਦੀ ਹੈ ਧਨ ਅਤੇ ਸੰਪਤੀ ਦੀ ਕਾਣੀ ਵੰਡ ਨਹੀਂ ਹੁੰਦੀ ਪਰਸਪਰ ਵਿਰੋਧੀ ਆਰਥਿਕ ਸ਼੍ਰੇਣੀਆਂ ਦੀ ਮੂੰਹ ਨਹੀਂ ਹੁੰਦੀ ਨਾ ਕੋਈ ਸ਼੍ਰੇਣੀ ਇੱਕ ਦੂਸਰੀ ਸ਼੍ਰੇਣੀ ਦਾ ਕੀ ਕਰ ਸਕਦੀ ਹੈ ਸ਼ੋਸ਼ਣ ਨਹੀਂ ਕਰ ਸਕਦੀ ਜੇਕਰ ਸਮਾਜਵਾਦ ਦੀਆਂ ਇਹਨਾਂ ਵਿਸ਼ੇਸ਼ਤਾਵਾਂ ਦੇ ਉੱਤੇ ਅਸੀਂ ਭਾਰਤ ਰਾਜ ਦੀ ਸਥਿਤੀ ਦਾ ਨਿਰੀਖਣ ਕਰੀਏ ਤਾਂ ਇਹ ਬਿਲਕੁਲ ਸਪਸ਼ਟ ਹੋ ਜਾਏਗਾ ਜਿਹੜਾ ਇੱਕ ਸਮਾਜ ਭਾਰਤ ਹੈ ਕਿ ਸਮਾਜਵਾਦੀ ਰਾਜ ਨਹੀਂ ਹੈ ਪਰ ਫਿਰ ਵੀ ਭਾਰਤ ਸਰਕਾਰ ਵਾਸ ਨੇ ਇਹ ਕੁਛ ਉਪਰਾਲੇ ਕੀਤੇ ਨੇ ਕਿ ਭਾਰਤ ਨੂੰ ਇੱਕ ਸਮਾਜਵਾਦੀ ਰਾਜ ਬਣਾਏ ਇਸ ਵਾਸਤੇ ਉਹਨਾਂ ਨੇ ਫਿਰ
ਸਵਾਗਤ ਦੀ ਰਾਜਨਾ ਵਾਸਤੇ ਉਹਨਾਂ ਨੇ ਕੀ ਉਪਰਾਲੇ ਕੀਤੇ ਉਹ ਮੈਂ ਤੁਹਾਨੂੰ ਦੱਸਦੀ ਹਾਂ। ਉਹਨਾਂ ਨੇ ਕਿਹਾ ਕਿ ਮਹੱਤਵਪੂਰਨ ਉਦਯੋਗਾਂ ਅਤੇ ਉਤਪਾਦਨ ਦੇ ਸਾਧਨਾਂ ਦਾ ਕੀ ਕੀਤਾ, ਉਹਨਾਂ ਨੇ ਰਾਸ਼ਟਰੀਕਰਨ ਕੀਤਾ। ਫਿਰ ਦੂਸਰਾ ਕੀ ਕੀਤਾ, ਜ਼ਮੀਨਦਾਰੀ ਪ੍ਰਥਾ ਨੂੰ ਖਤਮ ਕਰਨਾ, ਉਹਨੂੰ ਖਤਮ ਕਰਨ ਲਈ ਬਿਲਕੁਲ ਇੱਕ ਪ੍ਰਭਾਵਸ਼ਾਲੀ ਕਦਮ ਇਹ ਚੁੱਕੇ ਗਏ। ਭੂਮੀ ਦੀ ਵੱਧ ਤੋਂ ਵੱਧ ਸੀਮਾ ਨਿਸ਼ਚਿਤ ਕੀਤੀ ਗਈ, ਮਤਲਬ ਭੂਮੀ ਆ ਉਹ ਕਿਸੇ ਕੋਲ ਵੱਧ ਨਹੀਂ ਹੋਈ। ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਵਿੱਚੋਂ ਖਾਰਜ ਕਰਕੇ ਸਧਾਰਨ ਅਧਿਕਾਰ ਬਣਾਇਆ ਗਿਆ। ਇਸਤਰੀਆਂ ਅਤੇ ਪੁਰਸ਼ਾਂ ਨੂੰ ਇੱਕੋ ਜਿਹੇ ਕੰਮ ਕਰਨ ਲਈ ਅਤੇ ਇੱਕੋ ਜਿਹਾ ਵੇਤਨ ਸੰਬੰਧੀ ਵਿਵਸਥਾ ਉਹ ਕੀਤੀ ਗਈ। ਕਿਰਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਫੈਕਟਰੀ ਐਕਟ ਪਾਸ ਕੀਤਾ ਗਿਆ ਅਤੇ ਪਛੜੀ ਸ਼੍ਰੇਣੀਆਂ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਉੱਚਾ ਚੁੱਕਣ ਲਈ ਵੀ ਵਿਸ਼ੇਸ਼ ਕਮੇਟੀਆਂ ਨੇ ਉਹ ਕਾਇਮ ਕੀਤੀ। ਹੁਣ ਅਸੀਂ ਗੱਲ ਕਰਦੇ ਹਾਂ ਭਾਰਤ ਇੱਕ ਧਰਮ ਨਿਰਪੱਖ ਰਾਜ। ਜਿਵੇਂ ਕਿ ਸਪਸ਼ਟ ਹੈ, ਧਰਮ ਨਿਰਪੱਖ ਰਾਜ ਦਾ ਭਾਵ ਹੈ ਕਿ ਧਰਮ ਜਾਂ ਸੰਪਰਦਾਇ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਵਿਤਕਰਾਇਆ ਨਹੀਂ ਕੀਤਾ ਜਾਂਦਾ। ਮਤਲਬ ਸਭ ਨੂੰ ਧਰਮ ਦੇ ਨਾਮ ਦੇ ਅਨੁਸਾਰ ਸਭ ਨੂੰ ਬਰਾਬਰ ਹੈ ਉਹ ਸਮਝਿਆ ਜਾਊਗਾ। ਇਹ ਵੀ ਕਿਹਾ ਜਾਂਦਾ ਕਿ ਧਰਮ ਵਿੱਚ ਕੋਈ ਦਖਲ ਹੈ ਕਿਸੇ ਦਾ ਨਹੀਂ ਹੋਣਾ ਚਾਹੀਦਾ ਸਰਕਾਰ ਦਾ, ਪਰ ਕੁਛ ਯਤਨ ਕੀਤੇ ਗਏ ਨੇ ਕਿ ਧਰਮ ਵਿਅਕਤੀ ਦਾ ਕਿਸੇ ਦੇ ਤੂੰ ਵੀ ਮੰਨਦਾ ਉਹ 'ਚ ਆਪਾਂ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਸਰਕਾਰ। ਪਰ ਫਿਰ ਵੀ ਸਰਕਾਰ ਹੈ ਲੋਕਾਂ ਦੇ ਹਿੱਤ ਲਈ, ਉਹਨਾਂ ਦੀ ਨੈਤਿਕਤਾ ਦੇ ਲਈ, ਉਹਨਾਂ ਦੀ ਸੁਰੱਖਿਆ ਲਈ ਧਰਮ ਵਿੱਚ ਵੀ ਕੀ ਕਰ ਸਕਦੀ ਹੈ, ਦਖਲ ਦੇ ਸਕਦੀ ਹੈ। ਕਿਉਂਕਿ ਧਰਮ ਨਿਰਪੱਖ ਰਾਜ ਵਿੱਚ ਕੀ ਹੁੰਦਾ, ਵਿਅਕਤੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਲਈ ਵੀ ਉਹਨੂੰ ਆਜ਼ਾਦੀ ਹੁੰਦੀ ਹੈ। ਅਤੇ ਇਸ ਕਰਕੇ ਭਾਰਤ ਨੂੰ ਅਸੀਂ ਆਪਾਂ ਧਰਮ ਨਿਰਪੱਖ ਰਾਜ ਵੀ ਕਹਿ ਸਕਦੇ। ਨੈਕਸਟ ਹੈਗਾ ਆਪਣਾ ਭਾਰਤ ਇੱਕ ਲੋਕਤੰਤਰੀ ਰਾਜ। ਲੋਕਤੰਤਰੀ ਰਾਜ ਦਾ ਮਤਲਬ ਤੁਸੀਂ ਸਮਝਦੇ ਹੋ, ਲੋਕਤੰਤਰ ਰਾਜ ਕਿਹੜਾ ਹੁੰਦਾ, ਜਿਹੜੀ ਲੋਕਾਂ ਦੁਆਰਾ ਕੀਤਾ ਹੋਇਆ ਚੁਣੀ ਹੋਈ ਸਰਕਾਰ ਹੈ। ਤਾਂ ਇਸ 'ਚ ਕਿਹੜੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਦੇਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਗਿਆ ਹੈ। ਵੋਟ ਦੇ ਅਧਿਕਾਰ ਲਈ ਘੱਟ ਤੋਂ ਘੱਟ ਉਮਰ ਕਿੰਨੀ ਨਿਸ਼ਚਿਤ ਕੀਤੀ ਗਈ ਹੈ, 18 ਸਾਲ ਨਿਸ਼ਚਿਤ ਕੀਤੀ ਗਈ। ਹਰੇਕ ਵਿਅਕਤੀ ਜਿਸ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੈ ਉਹ ਚੋਣ ਲੜ ਸਕਦਾ ਹੈ। ਸੁਤੰਤਰਤਾ, ਸਮਾਨਤਾ, ਭਾਤਰੀਭਾਵ ਲੋਕਤੰਤਰ ਦੇ ਮੁੱਖ ਆਧਾਰ ਨੇ। ਸਾਰੇ ਨਾਗਰਿਕਾਂ ਨੂੰ ਭਾਸ਼ਣ ਦੇਣ, ਵਿਚਾਰ ਪ੍ਰਗਟਾਉਣ, ਸਭਾਵਾਂ ਕਰਨ, ਸੰਘ ਬਣਾਉਣ ਦੀ ਵੀ ਕੀ ਹੈ ਸੁਤੰਤਰਤਾ। ਨੈਕਸਟ ਹੈਗਾ ਭਾਤਰੀਭਾਵ ਨੂੰ ਵਿਕਸਿਤ ਕਰਨ ਅਤੇ ਛੂਆਛਾਤ ਨੂੰ ਸਮਾਪਤ ਕੀਤਾ ਗਿਆ ਅਤੇ ਹਰ ਇੱਕ ਪ੍ਰਕਾਰ ਦੇ ਸਮਾਜਿਕ ਵਿਤਕਰੇ ਦੀ ਬਣਾਈ ਹੈ ਉਹ ਕੀਤੀ ਗਈ। ਸਾਰੇ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੈ ਅਤੇ ਸੰਵਿਧਾਨ ਦੇਸ਼ਾਂ ਦਾ ਸਰਪੰਚ ਕਾਨੂੰਨ ਹੈ। ਤਾਂ ਇਹ ਇਸ ਕਰਕੇ ਆਪਾਂ ਲੋਕਤੰਤਰੀ ਭਾਰਤੀ ਲੋਕਤੰਤਰੀ ਰਾਜ ਦੇ ਰੂਪ ਵਿੱਚ ਸਥਾਪਿਤ ਹੋਏ ਹੈ। ਹੁਣ ਆ ਗਿਆ ਭਾਰਤ ਇੱਕ ਗਣਰਾਜ ਦੇ ਰੂਪ ਵਿੱਚ। ਗਣਰਾਜ ਇਹ ਪ੍ਰਸਿੱਧ ਅਮਰੀਕੀ ਵਿਦਵਾਨ ਮੈਡੀਸਨ ਨੇ ਕੀ ਕਿਹਾ ਕਿ ਲੋਕਤੰਤਰ ਇੱਕ ਅਜਿਹੀ ਕਾਰਜ ਪ੍ਰਣਾਲੀ ਹੈ ਜਿਸ ਦੀਆਂ ਸ਼ਕਤੀਆਂ ਦਾ ਸੋਮਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਜਨਤਾ ਦਾ ਮਾਨ ਸਮੂਹ ਹੁੰਦਾ। ਗਣਰਾਜ ਮਤਲਬ ਵਿਅਕਤੀਆਂ ਦਾ ਸਮੂਹ ਅਤੇ ਜਿਸ ਦੀਆਂ ਸ਼ਕਤੀਆਂ ਦੀ ਵਰਤੋਂ ਉਹਨਾਂ ਲੋਕਾਂ ਦੁਆਰਾ ਹੀ ਹੁੰਦੀ ਹੈ ਕਿ ਆਪਣੇ ਪਦ 'ਤੇ ਨਿਸ਼ਚਿਤ ਸਮੇਂ ਲਈ ਜਨਤਾ ਦੀ ਪ੍ਰਸੰਨਤਾ ਤੱਕ ਜਾਂ ਆਪਣੇ ਦੇਸ਼ ਦੇ ਬਦਲਾਵ ਤੱਕ ਕਾਇਮ ਰਹਿੰਦੇ। ਇਸ ਦਾ ਭਾਵ ਇਹ ਹੋ ਗਿਆ ਕਿ ਲੋਕਤੰਤਰ ਪ੍ਰਣਾਲੀ ਵਿੱਚ ਲੋਕਾਂ ਦੁਆਰਾ ਲੋਕਾਂ 'ਚ ਕਈ ਵਿਅਕਤੀਆਂ ਦਾ ਸ਼ਾਸਨ ਦਾ ਪ੍ਰਬੰਧ ਉਹ ਕਰਦੇ ਹਨ। ਰਾਸ਼ਟਰਪਤੀ ਕੀ ਹੁੰਦਾ ਹੈ, ਨਾਮਾਤਰ ਦਾ ਮੁਖੀ ਹੁੰਦਾ ਹੈ। ਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਵੇਂ ਸਦਨਾਂ ਅਤੇ ਰਾਜਾਂ ਦੇ ਵਿਧਾਨ ਸਭਾਵਾਂ ਦੁਆਰਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪ੍ਰਤੱਖ ਰੂਪ ਵਿੱਚ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਕੀ ਹੁੰਦੀਆਂ ਨੇ, ਸੀਮਿਤ ਉਹ ਕੀ ਹੁੰਦੀਆਂ। ਅਤੇ ਹੁਣ ਆਪਾਂ ਇਹਦੀਆਂ ਕੀ ਕਰਾਂਗੇ, ਆਦਰਸ਼ ਅਤੇ ਉਦੇਸ਼, ਮਤਲਬ ਸੰਵਿਧਾਨ ਦੇ ਕੀ ਆਦਰਸ਼ ਅਤੇ ਉਪਦੇਸ਼ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਨਿਆਂ। ਨਿਆਂ ਦੇ ਅੱਗੇ ਕਿਹੜੇ ਕਿਹੜੇ ਭਾਗ ਨੇ, ਨਿਆਂ ਉੱਪਰ ਸੰਵਿਧਾਨ ਵਿੱਚ ਇਹ ਕਿਹਾ ਗਿਆ ਕਿ ਸਭ ਨੂੰ ਬਰਾਬਰ ਹੈ ਨਿਆਂ ਉਹ ਮਿਲਦਾ ਹੈ। ਕਿਹੜੇ ਕਿਹੜਾ ਸਮਾਜਿਕ ਨਿਆਂ, ਆਰਥਿਕ ਨਿਆਂ ਅਤੇ ਰਾਜਨੀਤਿਕ ਨਿਆਂ। ਉਸ ਤੋਂ ਬਾਅਦ ਅਸੀਂ ਇਹਦੀ ਗੱਲ ਕਰਾਂਗੇ ਸੁਤੰਤਰਤਾ। ਸੁਤੰਤਰਤਾ ਦਾ ਮਤਲਬ ਕੀ ਹੈ ਕਿ ਆਜ਼ਾਦ ਭਾਰਤ ਵਿੱਚ ਸਾਰੇ ਵਿਅਕਤੀ ਕੀ ਨੇ, ਸੁਤੰਤਰ ਨੇ। ਕਦੇ ਕਦੇ ਸੁਤੰਤਰਤਾ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ, ਵਿਸ਼ਵਾਸ ਨੂੰ ਉਪਾਸਨਾ ਦੀ ਸੁਤੰਤਰਤਾ, ਵਿਅਕਤੀਗਤ ਸੁਤੰਤਰਤਾ, ਇਹ ਰਾਸ਼ਟਰ ਵਿਕਾਸ ਦੇ ਸਮੇਂ ਜ਼ਰੂਰੀ ਨੇ। ਪ੍ਰਸਤਾਵਨਾ ਵਿੱਚ ਭਾਰਤੀ ਨਾਗਰਿਕਾਂ ਨੂੰ
संबंधी का विश्वास दर्ज किया है। इस तरह अनुच्छेद 18 तो 23 तक अनेक प्रकार की स्वतंत्रताओं सार्वभौमिक अधिकारों के रूप में सुरक्षित रखा गया है। नेक्स्ट विशेषता अपनी उद्देश्य की है अपनी समानता। समानता का मतलब सबू बराबर समझना समझना। सारे देश की संविधान का